ਫੋਟੋ ਕਰ ਲਗੇ ਜੀ, ਕਰ ਲਗਾ ਮੈਂ ਵੀ ਆ ਗਿਆ ਜੀ। ਇੱਦਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ, ਜਿਹੜਾ ਇੱਕ ਬਹੁਤ ਹੀ ਪਾਵਨ ਔਰ ਪਾਕ ਸਥਾਨ ਹੈ, ਉੱਥੇ ਅਸੀਂ ਨਤਮਸਤਕ ਹੋਣ ਆਏ ਸੀਗੇ। ਮੈਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆ ਨਹੀਂ ਸਕਿਆ ਸੀਗਾ, ਔਰ ਇਸ ਲਈ ਅੱਜ ਸਾਰੇ ਸਾਥੀਆਂ ਸਮੇਤ ਇੱਥੇ ਮੱਥਾ ਟੇਕਣ ਵਾਸਤੇ ਤਖ਼ਤ ਕੇਸਗੜ੍ਹ ਸਾਹਿਬ ਅਸੀਂ ਹਾਜ਼ਰ ਹੋਏ ਸੀ। ਇਹੀ ਮੁੱਖ ਮਕਸਦ ਸੀ ਇੱਥੇ ਆਉਣ ਦਾ। ਸਰ, ਅੱਜ ਅਮਿਤ ਸ਼ਾਹ ਦੀ ਫੇਰੀ ਹੈ ਜੀ ਚੰਡੀਗੜ੍ਹ, ਤੁਹਾਡਾ ਹਲਕਾ ਜੀ ਉਹ ਲੋਕ ਸਭਾ ਹਲਕਾ ਤੁਹਾਡਾ ਵਾਟਰ ਟ੍ਰੀਟਮੈਂਟ ਮੈਡੀਕਲ ਪਲਾਂਟ ਹੈ ਉਹਦਾ ਉਦਘਾਟਨ। ਦੇਖੋ, ਇੱਦਾਂ ਹੈ ਕਿ ਜੇ ਸ਼ਹਿਰ ਨੂੰ 24 ਘੰਟੇ ਪਾਣੀ ਮਿਲੇਗਾ ਉਹ ਬਹੁਤ ਹੀ ਵਧੀਆ ਗੱਲ ਹੈਗੀ ਹੈ, ਕਿਉਂਕਿ ਹੁਣ ਤਾਂ ਕਈ ਇਲਾਕੇ ਨੇ ਜਿੱਥੇ 2-2 ਘੰਟੇ ਪਾਣੀ ਵੀ ਨਹੀਂ ਆਉਂਦਾ ਹੈਗਾ। ਜੇ ਕੋਈ ਇਹੋ ਜਿਹਾ ਉਪਰਾਲਾ ਹੈਗਾ ਜਿਹਦੇ ਨਾਲ 24 ਘੰਟੇ ਪਾਣੀ ਮਿਲੂਗਾ, ਅਸੀਂ ਉਹਦਾ ਸਵਾਗਤ ਕਰਦੇ ਹੈਗੇ ਹਾਂ, ਔਰ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਪਾਇਲਟ ਪ੍ਰੋਜੈਕਟ ਇਨੋਗਰੇਟ ਹੋ ਰਿਹਾ ਹੈਗਾ ਉਹ ਸਫਲ ਹੋਊਗਾ। ਪੰਜਾਬ ਇੱਦਾਂ ਹੈ ਕਿ ਕੇਂਦਰ ਸਰਕਾਰ ਨੂੰ ਇੱਕ ਵਾਰੀ ਪੰਜਾਬ ਦਾ ਸਾਰਾ ਕਰਜ਼ਾ ਮਾਫ਼ ਕਰਨਾ ਚਾਹੀਦਾ। ਪੰਜਾਬ ਇੱਕ ਸਰਹੱਦ ਦਾ ਸੂਬਾ ਹੈ, ਔਰ ਜਦ ਦਾ ਉਜਾੜਾ ਪਿਆ 1947 'ਚ ਪੰਜਾਬ ਨੇ ਬੜਾ ਸੰਤਾਪ ਭੋਗਿਆ ਹੈਗਾ, ਔਰ ਜੋ ਪਰਿਸਥਿਤੀਆਂ ਰਹੀਆਂ 1980 ਤੋਂ ਲੈ ਕੇ 95 ਤੱਕ, ਉਹ ਜਿਹੜਾ ਕਰਜ਼ਾ ਹੈ ਉਹ ਵੀ ਇੱਕ ਬਹੁਤ ਮੁੱਖ ਕਾਰਨ ਹੈ ਕਿ ਪੰਜਾਬ ਕਰਜ਼ੇ ਦੇ ਬੋਝ ਦੇ ਥੱਲੇ ਦਬਿਆ ਜਾ ਰਿਹਾ ਹੈ। ਤਾਂ ਉਹ ਕੇਂਦਰ ਸਰਕਾਰ ਨੂੰ ਪੰਜਾਬ ਦੀ ਵਿਸ਼ੇਸ਼ ਪਰਿਸਥਿਤੀਆਂ ਦੇਖਦੇ ਹੋਏ ਕਿ ਇਹ ਸਰਹੱਦ ਦਾ ਸੂਬਾ ਹੈ, ਇੱਕ ਵਾਰੀ ਪੂਰਨ ਤੌਰ 'ਤੇ ਪੰਜਾਬ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ। ਬਜਟ ਦੇ ਵਿੱਚ ਤਾਂ ਸਿਰਫ ਜਿਹੜੀਆਂ 2 ਸਰਕਾਰ ਦੀਆਂ ਵਿਸਾਖੀਆਂ ਨੇ, ਇੱਕ DDP ਔਰ ਇੱਕ JDU, ਸਿਰਫ ਉਹਨਾਂ ਨੂੰ ਰਿਆਇਤਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਪ੍ਰੋਜੈਕਟਸ ਦਿੱਤੇ ਗਏ ਨੇ। ਬਾਕੀ ਜਿੰਨੇ ਸੂਬੇ ਨੇ ਹਿੰਦੁਸਤਾਨ ਦੇ ਵਿੱਚ, ਚਾਹੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਲੱਭਿਆ ਹੈਗਾ। ਸ਼੍ਰੀ ਅਨੰਦਪੁਰ ਸਾਹਿਬ ਤੁਹਾਡਾ ਪੁਰਾਣਾ ਹਲਕਾ ਵੀ ਰਿਹਾ ਜੀ, ਇੱਥੇ ਨਾ 1999 ਦੇ ਵਿੱਚ ਬਾਦਲ ਸਾਹਿਬ ਨੇ ਮਿਲਟਰੀ ਅਕੈਡਮੀ ਦਾ ਨੀਂਹ ਪੱਥਰ ਰੱਖਣ ਦੀ ਗੱਲ ਕੀਤੀ ਸੀ, ਉਹ ਵਿੱਚ ਰਹਿ ਗਿਆ ਜੀ। ਤੁਸੀਂ ਵੀ ਚਲੋ ਸਟਰੋਂਗ ਹੈ ਵਿਰੋਧੀ ਧਿਰ, ਤੁਸੀਂ ਵੀ ਹਲਕੇ ਦੀ ਨੁਮਾਇੰਦਗੀ ਕਰਦੇ, ਤੁਸੀਂ ਵੀ ਕੋਈ ਗੱਲ ਕਰੋਗੇ ਜੀ? ਦੇਖੋ, ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ, ਲੋਕਾਂ ਨਾਲ ਮੇਰਾ ਬੜਾ ਭਾਵਨਾਤਮਕ ਲਗਾਓ ਹੈ, ਔਰ ਹਲਕੇ ਬਦਲਣ ਨਾਲ ਕੋਈ ਰਿਸ਼ਤੇ ਨਹੀਂ ਬਦਲ ਜਾਂਦੇ ਹੈਗੇ, ਔਰ ਇਸ ਲਈ ਜਿਹੜੇ ਅਧੂਰੇ ਕੰਮ ਸ੍ਰੀ ਅਨੰਦਪੁਰ ਸਾਹਿਬ ਦੇ ਪਏ ਨੇ ਉਹਦੇ ਵਾਸਤੇ ਅਸੀਂ, ਮੈਂ ਪਹਿਲੇ ਵੀ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ, ਔਰ ਬਾਕੀ ਸਾਥੀਆਂ ਨਾਲ ਮਿਲ ਕੇ ਹੁਣ ਵੀ ਅਸੀਂ ਆਵਾਜ਼ ਬੁਲੰਦ ਕਰਾਂਗੇ, ਕਿਉਂਕਿ ਜਦੋਂ ਵਿਕਾਸ ਹੁੰਦਾ ਹੈਗਾ ਤਾਂ ਵਿਕਾਸ ਦਾ ਫਾਇਦਾ ਸਾਰਿਆਂ ਨੂੰ ਮਿਲਦਾ ਹੈਗਾ। ਮੈਂ ਇੱਥੇ ਜਿਹੜੀ ਰਿਕਰੂਟਮੈਂਟ ਸੈਂਟਰ ਸੀਗਾ ਰੋਪੜ, ਜਿਹੜਾ ਰਿਕਰੂਟਮੈਂਟ ਸੈਂਟਰ ਖੋਲ੍ਹਣ ਵਾਸਤੇ ਪੰਜਾਬ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ, ਜਿਹੜਾ ਬਾਅਦ 'ਚ ਫਿਰ ਰਕਸ਼ਾ ਮੰਤਰਾਲੇ ਨੇ ਕਹਿ ਤਿਆ ਕਿ ਸਾਨੂੰ ਜ਼ਮੀਨ ਮਨਜ਼ੂਰ ਨਹੀਂ ਹੈਗੀ, ਉਹਦੇ ਵਾਸਤੇ ਵੀ ਅਸੀਂ ਉਪਰਾਲਾ ਕਰਦੇ ਰਹੇ ਹੈਗੇ ਹਾਂ, ਔਰ ਇਸ ਲਈ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਹਿੰਦੁਸਤਾਨ ਦੀ ਰਾਸ਼ਟਰ ਸੁਰੱਖਿਆ ਵਾਸਤੇ ਬਹੁਤ ਜ਼ਰੂਰੀ ਹੈ,
ਔਰ ਇਸ ਲਈ ਮੇਰਾ ਸਦਾ ਤੋਂ ਇਹ ਮੰਨਣਾ ਰਿਹਾ ਹੈਗਾ ਕਿ ਕੇਂਦਰ ਸਰਕਾਰ ਨੂੰ ਪੰਜਾਬ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਦੇਖੋ ਜੋ ਵੀ ਹੋਇਆ ਉਹ ਬਹੁਤ ਹੀ ਮਨ ਭਾਗਾ ਸੀ ਔਰ ਬਹੁਤ ਹੀ ਦੁਖਦ ਸੀਗਾ, ਬੜੀ ਦਰਦਨਾਕ ਘਟਨਾ ਸੀਗੀ। ਔਰ ਮੈਂ ਤਾਂ ਪਹਿਲੇ ਵੀ ਇਹ ਗੱਲ ਕਹਿੰਦਾ ਸੀਗਾ ਔਰ ਹੁਣ ਵੀ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਉਸ ਚੀਜ਼ ਦੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਉਹ ਬੇਅਦਬੀਆਂ ਕੀਤੀਆਂ ਨੇ, ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ ਹਮੇਸ਼ਾ ਜਿਹੜਾ ਬੀਜੇਪੀ ਦੇ ਖਿਲਾਫ਼ ਖੁੱਲ੍ਹ ਕੇ ਬੋਲਦੇ ਰਹੋ, ਇੱਕ ਪੰਜਾਬ ਦੇ ਮੁੱਖ ਮੰਤਰੀ ਅਤੇ ਸਪੀਕਰ ਨੂੰ ਜਿਹੜਾ ਉਹ ਵਿਜ਼ਾ ਨਹੀਂ ਦਿੱਤਾ ਗਿਆ ਜੀ, ਉਹਦੇ ਬਾਰੇ ਕੀ ਕਹਿਣਾ? ਮਨਭਾਗੀ ਗੱਲ ਹੈਗੀ ਹੈ। ਦੇਖੋ ਇਸ ਸਤਰ 'ਤੇ ਜਾ ਕੇ ਸਿਆਸਤ ਕਰਨੀ ਠੀਕ ਨਹੀਂ ਹੈ। ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੋਵੇ, ਜੇ ਉਹ ਬਾਹਰ ਜਾਣਾ ਚਾਹੁੰਦਾ ਹੈ ਔਰ ਉਹ ਵੀ ਓਲੰਪਿਕਸ ਦੇਖਣ ਜਾਣਾ ਚਾਹੁੰਦਾ ਹੈਗਾ, ਤਾਂ ਜ਼ਰੂਰ ਕਹਿ ਕੇ ਉਹਨੇ ਵੀਜ਼ਾ ਦੇਣਾ ਚਾਹੀਦਾ ਹੈਗੀ ਹੈ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਪੈ ਕੇ ਜਿਹੜਾ ਸਿਆਸਤ ਦਾ ਸਤਰ ਹੈਗਾ, ਉਹ ਸਿਆਸਤ ਦੇ ਸਤਰ ਨੂੰ ਆਪਾਂ ਘਟਾਉਂਦੇ ਹਾਂ। ਦੇਖੋ ਆਪਣਾ ਜੋ ਭਾਰਤ ਭੂਸ਼ਣ ਆਸ਼ੂ ਜੀ 'ਤੇ ਕਾਰਵਾਈ ਕੀਤੀ ਗਈ ਹੈ, ਉਹ ਸਦਾ ਤੋਂ ਇਹ ਗੱਲ ਕਹਿੰਦੇ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਨਿਰਦੋਸ਼ ਨੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਇਹ ਮਾਮਲਾ ਅਦਾਲਤ ਮੂਹਰੇ ਜਾਊਗਾ ਅਤੇ ਜੋ ਉਹ ਕਹਿੰਦੇ ਰਹੇ ਨੇ ਔਰ ਆਪਣੀ ਬੇਗੁਨਾਹੀ ਦੀ ਦਲੀਲ ਦਿੰਦੇ ਰਹੇ ਨੇ, ਅਦਾਲਤ ਜ਼ਰੂਰ ਉਹਨੂੰ ਪੂਰਨ ਤਰੀਕੇ ਨਾਲ ਸਵੀਕਾਰ ਕਰੇਗੀ। ਤੁਹਾਡਾ ਪੁਰਾਣਾ ਇਲਾਕਾ, ਤੁਸੀਂ ਭਾਵਨਾਤਮਕ ਤੌਰ 'ਤੇ ਜੁੜੇ ਹੋ, ਲੇਕਿਨ ਨਜਾਇਜ਼ ਮਾਈਨਿੰਗ ਨਾ ਤਾਂ ਕਾਂਗਰਸ ਦੇ ਰਾਜ ਦੇ ਵਿੱਚ, ਨਾ ਅਕਾਲੀ ਦੇ ਰਾਜ ਦੇ ਵਿੱਚ, ਅਤੇ ਹੁਣ ਵੀ ਉਸੇ ਤਰੀਕੇ ਧੰਦੇ ਨਾਲ ਚੱਲ ਰਹੀ ਹੈ। ਦੇਖੋ ਮਾਈਨਿੰਗ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਜਾਂ ਜਿਹੜੀ ਸਾਰਾ ਕੰਡੀ ਦਾ ਇਲਾਕਾ ਹੈ, ਮੋਹਾਲੀ ਤੋਂ ਸ਼ੁਰੂ ਹੋ ਕੇ ਔਰ ਗੁਰਦਾਸਪੁਰ ਜਿਹੜੀ ਹੁੰਦੀ ਹੈਗੀ ਹੈ, ਇਹਨੂੰ ਰੋਕਣ ਵਾਸਤੇ ਜੋ ਸਖ਼ਤ ਤੋਂ ਸਖ਼ਤ ਉਪਰਾਲਾ ਕਰਨਾ ਚਾਹੀਦਾ ਹੈ, ਉਹ ਉਪਰਾਲਾ ਕਰਨ ਦੀ ਲੋੜ ਹੈਗੀ ਹੈ। ਪਰ ਉਹਦੇ ਨਾਲ ਨਾਲ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹੈ, ਕਿਉਂਕਿ ਲੋਕਾਂ ਕੋਲ ਜ਼ਮੀਨਾਂ ਘੱਟ ਨੇ, ਉਸ ਤੋਂ ਇਲਾਵਾ ਰੋਜ਼ਗਾਰ ਦੇ ਸਾਧਨ ਨਹੀਂ ਹੈਗੇ, ਔਰ ਜਿਹੜੇ ਆਮ ਪਰਿਵਾਰਾਂ ਦੇ ਲੋਕ ਆਪਣਾ ਕੋਠਾ ਪਾਉਣ ਵਾਸਤੇ ਜਾਂ ਮਕਾਨ ਪਾਉਣ ਵਾਸਤੇ ਜਿਹੜਾ ਦਰਿਆ ਕੋਲੋਂ ਵਗਦਾ ਹੈਗਾ, ਜੇ ਉਸ ਤੋਂ ਥੋੜ੍ਹੀ ਰੇਤਾ ਬਜਰੀ ਲੈ ਲੈਂਦੇ ਨੇ, ਉਹ ਗੱਲ ਜੁਦੀ ਹੈਗੀ ਹੈ। ਪਰ ਜਿਹੜੇ ਵੱਡੇ ਵੱਡੇ ਮਗਰਮੱਛ ਨੇ, ਜਿਹੜੇ ਇੱਕ ਸੰਯੋਜਿਤ ਤਰੀਕੇ ਨਾਲ, ਔਰਗਨਾਈਜ਼ ਤਰੀਕੇ ਨਾਲ ਇਲੀਗਲ ਮਾਈਨਿੰਗ ਕਰਦੇ ਨੇ, ਜਾਂ ਜਿਨ੍ਹਾਂ ਨੂੰ ਮਾਈਨਿੰਗ ਕਨਸੈਸ਼ਨਸ ਮਿਲੇ ਨੇ